ਲੋ ਜੀ ਜਾਮ ਤੁਸੀਂ ਦੇਖ ਸਕਦੇ ਆ ਕਿ ਕਿੰਨਾ ਲੰਬਾ ਜਾਮ ਲੱਗਾ ਹੋਇਆ ਵਾ। ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਨਵੇਂ ਬਲੌਗ 'ਚ ਤੁਹਾਡਾ ਸਵਾਗਤ ਹੈ। ਜਾ ਰਹੇ ਹਾਂ ਅਸੀਂ ਜੀ ਨਵੀਂ ਡੈਸਟੀਨੇਸ਼ਨ 'ਤੇ, ਨਵੇਂ ਰਾਹਾਂ 'ਤੇ ਤੁਹਾਨੂੰ ਦਿਖਾਉਣ ਵਾਸਤੇ ਜੀ। ਅੱਜ ਮਨਾਲੀ, ਮਨਾਲੀ ਨੂੰ ਐਕਸਪਲੋਰ ਕਰਨ ਵਾਸਤੇ ਜਾ ਰਹੇ ਹਾਂ ਅਤੇ ਰੈਡੀ ਹੋ ਗਏ ਹਾਂ ਜੀ। ਸਮਾਂ ਹੋ ਗਿਆ ਜੀ 9:47 ਅਤੇ ਧੁੱਪ ਬੜੀ ਤਿੱਖੀ ਚੜ੍ਹੀ ਹੋਈ ਆ ਅਤੇ ਗਰਮੀ ਬੜੀ ਆ, ਅਤੇ ਹੁਣ ਆਪਾਂ ਟੈਂਪਰੇਚਰ ਤਕਰੀਬਨ 15-16 ਡਿਗਰੀ ਦੇ ਵਿੱਚ ਆਉਣਾ ਵਾ, 42 ਡਿਗਰੀ ਟੈਂਪਰੇਚਰ ਤੋਂ। ਚਲੋ ਤੁਹਾਨੂੰ ਮਿਲਦੇ ਹਾਂ ਬਹੁਤ ਜਲਦ ਨਵੇਂ ਰਾਹਾਂ 'ਤੇ। ਦੋਸਤੋ ਸਫ਼ਰ ਹੋ ਗਿਆ ਸ਼ੁਰੂ ਅਤੇ ਕਰਾਂਗੇ ਖੂਬ ਇੰਜੋਏ, ਅਤੇ ਬਣੇ ਰਹੋ ਵੀਡੀਓ ਦੇ ਨਾਲ। ਅਤੇ ਹੁਣ ਜਾ ਰਹੇ ਹਾਂ ਸਿੱਧਾ ਜਲੰਧਰ, ਜਲੰਧਰ ਤੋਂ ਸਿੱਧਾ ਚੰਡੀਗੜ੍ਹ। ਹਾਂਜੀ ਦੋਸਤੋ, ਕੀਰਤਪੁਰ ਲਾਗੇ ਅਸੀਂ ਰੁਕੇ ਹੋਏ ਹਾਂ, ਇੱਥੇ ਚਾਹ ਵਗੈਰਾ ਪੀਤੀ ਆ ਅਤੇ ਹੁਣ ਤੁਸੀਂ ਤੁਰਨ ਲੱਗੇ ਇੱਥੋਂ, ਅਤੇ ਤਕਰੀਬਨ 4-5 ਤੱਕ ਅਸੀਂ ਪਹੁੰਚਾਂਗੇ ਉੱਥੇ ਮਨਾਲੀ। ਹੋਟਲ ਬੁਕਿੰਗ ਕਰਾ ਲਈ ਆ ਪਹਿਲਾਂ ਹੀ, ਜਿਹਨੇ ਵੀ ਜਾਣਾ ਵਾ ਹੋਟਲ ਬੁਕਿੰਗ ਪਹਿਲਾਂ ਕਰਵਾ ਕੇ ਜਾਵੇ, ਅਤੇ ਜਾਂ ਔਨਲਾਈਨ ਕਰਾਵੇ ਜਾਂ ਤੁਹਾਡੇ ਕੋਈ ਵਾਕਫ ਹੈਗਾ ਉੱਥੇ ਜਾਂ ਉਹਨਾਂ ਕੋਲ ਕਰਾਵੇ, ਠੀਕ ਹੈ ਜੀ। ਅਤੇ ਸਾਡੀ ਗੱਡੀ ਪਹਾੜਾਂ ਦੇ ਵਿੱਚ ਤੁਸੀਂ ਦੇਖ ਸਕਦੇ ਆ ਖੜ੍ਹੀ ਆ, ਸਾਹਮਣੇ ਬਹੁਤ ਖੂਬਸੂਰਤ ਨਜ਼ਾਰਾ ਵਾ। ਹੋ ਜੀ ਮਿੱਤਰੋ, ਮਨਾਲੀ ਦੀ ਪਹਿਲੀ ਟਨਲ ਨੂੰ ਆਪਾਂ ਕ੍ਰੋਸ ਕਰਨ ਜਾ ਰਹੇ ਹਾਂ ਜੀ, ਜਿਹੜੀ ਕਿ ਤਕਰੀਬਨ 800 ਮੀਟਰ ਦੇ ਅੰਦਰ ਜੀ, ਤਕਰੀਬਨ 2 ਕਿਲੋਮੀਟਰ। ਬਹੁਤ ਸੋਹਣੀ ਹੈ ਇਹਦੇ। ਉਹ ਤਾਂ ਬਹੁਤ ਤਕੜਾ ਜਾਮ ਲੱਗਾ ਹੋਇਆ ਵਾ ਪਿੰਡੋ ਦੇ ਲਾਗੇ, ਦੇਖ ਲੈ। ਲਓ ਵੀ ਦੋਸਤੋ, ਇੱਥੋਂ ਮਨਾਲੀ ਸਿਰਫ 86 ਕਿਲੋਮੀਟਰ ਦੂਰ ਰਹਿ ਗਿਆ। ਇਹ ਹੁਣ ਅਸੀਂ ਪਹੁੰਚ ਚੁੱਕੇ ਹਾਂ ਪਿੰਡੋ ਡੈਮ ਦੇ ਕੋਲ, ਅਤੇ ਰਸਤੇ 'ਚ ਸਾਨੂੰ ਮੰਡੀ ਤੱਕ ਪਿੰਡੋ ਤੱਕ ਬਹੁਤ ਤਕੜਾ ਜਾਮ ਮਿਲਿਆ। ਤਕਰੀਬਨ 3-4 ਘੰਟੇ ਸਾਡੇ ਜਾਮ ਦੇ ਵਿੱਚ ਨਿਕਲੇ, ਅਤੇ ਹੁਣ ਚੱਲ ਪਏ ਹਾਂ ਜੀ ਅੱਗੇ ਨੂੰ। ਲਓ ਜੀ ਜਾਮ ਤੁਸੀਂ ਦੇਖ ਸਕਦੇ ਹਾਂ ਕਿ ਕਿੰਨਾ ਲੰਬਾ ਜਾਮ ਲੱਗਾ ਹੋਇਆ ਵਾ। ਘੱਟੋ ਘੱਟ ਇਹ ਜਾਮ ਮੇਰੇ ਖਿਆਲ ਨਾਲ 10-15 ਕਿਲੋਮੀਟਰ ਲੰਬਾ ਜਾਮ ਆ। ਤੁਸੀਂ ਦੇਖ ਸਕਦੇ ਬੱਸਾਂ ਕਿੰਨਾ ਜਨਤਾ ਦੇਖ ਰਹੀ। ਲਓ ਜੀ ਹਾਂ, ਸਾਹਮਣੇ ਬਾਬਾ ਜੀ ਦੀ ਗੱਡੀ ਆ, ਸਾਰੀ ਜਨਤਾ ਬਾਹਰ ਬੈਠੀ ਹੋਈ ਆ। ਜਾਮ ਹੀ ਜਾਮ, ਅੱਜ ਸ਼ਨੀਵਾਰ ਆ ਅਤੇ ਕੁਛ ਜਾਂਦੇ ਜਾ ਰਹੇ ਆ ਅਤੇ ਕੁਛ ਆ ਰਹੇ ਆ, ਅਸੀਂ ਜਾ ਰਹੇ ਹਾਂ।
ਰਾਤ ਦੇ ਸਮੇਂ ਅਸੀਂ ਮਾਲ ਰੋਡ ਦੇ ਨਿਕਲੇ ਸੀ, ਇੱਥੇ ਬਹੁਤ ਜ਼ਿਆਦਾ ਰਸ਼ ਸੀਗਾ ਅਤੇ ਤੁਸੀਂ ਦੇਖ ਸਕਦੇ ਹੋ ਕਿ ਸ਼ਨੀਵਾਰ ਦੀ ਰਾਤ ਇੱਥੇ ਰਸ਼ ਇੰਨਾ ਸੀ ਕਿ ਪੈਰ ਰੱਖਣ ਨੂੰ ਜਗ੍ਹਾ ਨਹੀਂ ਸੀ। ਬਹੁਤ ਜ਼ਿਆਦਾ ਟੂਰਿਸਟ ਪੰਜਾਬ ਹਰਿਆਣਾ ਸਾਈਡ ਤੋਂ ਦਿੱਲੀ ਤੋਂ ਕਾਫੀ ਮਤਲਬ ਕਿ ਕਿਹੜੇ ਆਏ ਹੋਏ ਸੀ ਟਰੈਵਲਰਸ, ਬਹੁਤ ਜ਼ਿਆਦਾ ਇੱਥੇ ਰਸ਼ ਸੀਗਾ ਅਤੇ ਹੋਟਲ ਦਾ ਰੇਟ ਵੀ ਬਹੁਤ ਜ਼ਿਆਦਾ ਸੀਗੇ, ਚਾਰ ਚਾਰ ਪੰਜ ਪੰਜ ਹਜ਼ਾਰ ਦਾ ਇੱਕ ਰੂਮ ਮਿਲ ਰਿਹਾ ਸੀਗਾ ਅਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਰਸ਼ ਸਾਰੇ ਮਤਲਬ ਕਿ ਇੰਜੋਏ ਕਰ ਰਹੇ ਇੱਥੇ ਆ ਕੇ ਮਾਲ ਰੋਡ 'ਤੇ, ਅਤੇ ਪੂਰਾ ਰਸ਼ ਇੰਜੋਏ ਕੀਤਾ ਅਸੀਂ ਪੂਰਾ ਇੱਥੇ ਜੀ। ਤੁਸੀਂ ਦੇਖ ਸਕਦੇ ਹਾਂ ਸਾਰੇ ਆਪਣੇ ਫੈਮਲੀ ਦੇ ਨਾਲ ਪਹੁੰਚੇ ਹੋਏ ਆ ਅਤੇ ਕਾਫੀ ਇੰਜੋਏ ਕਰ ਰਹੇ ਆ, ਅਤੇ ਬਸ ਤੁਸੀਂ ਇਸ ਚੀਜ਼ ਦਾ ਖਿਆਲ ਰੱਖਣਾ ਕਿ ਇੱਥੇ ਤੁਹਾਡੇ ਪਰਸ ਵਗੈਰਾ ਕੋਈ ਧੋਖੇ ਨਾ ਤੁਹਾਡੇ ਕੋਲ ਖੋ ਵਗੈਰਾ ਨਾ ਲਵੇ, ਤੁਸੀਂ ਇਹਨਾਂ ਚੀਜ਼ਾਂ ਦਾ ਵੀ ਧਿਆਨ ਰੱਖਣਾ, ਬੱਚਿਆਂ ਦਾ ਧਿਆਨ ਰੱਖ। ਹਾਂਜੀ ਦੋਸਤੋ, ਲੇਟ ਨਾਈਟ ਅਸੀਂ ਪਹੁੰਚੇ, ਕਾਰਨ ਸੀਗਾ ਕਿ ਰਸ਼ ਬਹੁਤ ਜ਼ਿਆਦਾ ਸੀ, ਜਾਮ ਲੱਗਾ ਹੋਇਆ ਸੀਗਾ, ਬਹੁਤ ਜ਼ਿਆਦਾ ਜਾਮ ਤੁਸੀਂ ਦੇਖਿਆ ਵੀਡੀਓ ਦੇ ਵਿੱਚ ਵੀ ਕਿ ਕਾਫੀ ਜਾਮ ਸੀ, ਉਸ ਕਰਕੇ ਅਸੀਂ 9-10 ਵਜੇ ਰਾਤੀ ਪਹੁੰਚੇ ਅਤੇ ਅਸੀਂ ਡਿਨਰ ਕਰਕੇ ਫਿਰ ਰੈਸਟ ਕੀਤੀ ਅਤੇ ਸਵੇਰੇ ਅਸੀਂ ਫਿਰ 7-8 ਵਜੇ ਸ਼ੁਰੂ ਕੀਤਾ। ਉਹ ਤੁਸੀਂ ਨੈਕਸਟ ਵਲੌਗ ਤੁਹਾਨੂੰ ਦਿਖਾਵਾਂਗੇ ਅਤੇ ਇਸ ਕਰਕੇ ਗਿਆ ਸਾਰਾ ਸਮਾਂ ਕਿਹੜਾ ਉਹ ਸਫ਼ਰ ਦੇ ਵਿੱਚ ਲੰਘ ਗਿਆ ਕਿਉਂਕਿ ਸ਼ਨੀਵਾਰ ਆਉਣ ਕਰਕੇ ਉੱਥੇ ਰਸ਼ ਬਹੁਤ ਜ਼ਿਆਦਾ ਸੀਗਾ। ਕਿ ਸਾਡੀ ਇਹੀ ਐਡਵਾਈਸ ਆ ਕਿ ਮਨਾਲੀ ਆਉਣਾ ਵਾ ਅਤੇ ਸ਼ਨੀ ਐਤਵਾਰ ਤੁਸੀਂ ਉਸ ਦਿਨਾਂ ਨੂੰ ਅਵੋਇਡ ਕਰੋ ਕਿ ਜੂਨ ਦੇ ਮਹੀਨੇ ਦੇ ਵਿੱਚ ਸ਼ਨੀ ਐਤਵਾਰ ਉੱਥੋਂ ਕਾਫੀ ਰਸ਼ ਹੁੰਦਾ, ਜਾਣ ਵਾਲੇ ਵੀ ਹੁੰਦੇ ਸੀ ਅਤੇ ਆਉਣ ਵਾਲੇ ਵੀ ਹੁੰਦੇ ਸੀਗੇ। ਸੋ ਸਾਰੇ ਵਿਊਅਰਸ ਦਾ ਬਹੁਤ ਬਹੁਤ ਥੈਂਕ ਯੂ ਜਿਨ੍ਹਾਂ ਨੇ ਵੀਡੀਓ ਦੇਖੀ ਆ, ਅਤੇ ਨੈਕਸਟ ਵੀ ਬਲੌਗ ਲੈ ਕੇ ਜਲਦੀ ਹੀ ਆ ਰਹੇ ਹਾਂ ਪਾਰਟ 2, ਅਤੇ ਤੁਹਾਨੂੰ ਦਿਖਾਵਾਂਗੇ ਉਸ ਤੋਂ ਬਾਅਦ ਅਸੀਂ ਅਟਲ ਟਨਲ।